हाँ जी किसान वीरो स्वागत है तुहाड़ा अपने यूट्यूब चैनल बाबा डेयरी फार्म के उत्ते जी। अज की वीडियो में आप चार गावं सेल लई लैके आए जी, ते चिट्टा जी सुवी आ ते तोकड़ गब्बना ते दो थोड़े थोड़े टाइम दियां कच्चियां ने जी। आओ पुछ लैने भाई तुहानू डिटेल। आ जाओ भाई भाई जी, सत श्रीकाल। ਸਤਿ ਸ਼੍ਰੀ ਅਕਾਲ ਜੀ। ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ? ਪੂਰਾ ਵਧੀਆ ਰਿਹਾ ਜੀ, ਬਹੁਤ ਪੂਰਾ ਹਾਂ, ਬਹੁਤ ਸਿੱਧੀ ਸੇਲ ਹੋ ਗਿਆ ਮਾਲ, ਬਾਕੀ ਮਾਲ ਆਪਣਾ ਭਾਅ ਚ ਹੁੰਦਾ, ਸਾਫ ਸੁਥਰਾ ਮਾਲ ਸਾਫ ਹੁੰਦਾ। ਸੁਥਰਾ ਮਾਲ ਹੁੰਦਾ, ਵੱਡੀ ਹਾਂ ਗੱਲ ਇਹ ਆ। ਵੱਡੀ ਗੱਲ ਇਹ ਵੀਡੀਓ ਤੇ ਆਮ ਬੰਦਾ ਕਹਿੰਦਾ ਨਾ ਮੇਰੀ ਬਾਈ ਵਿਖਦੀ, ਆਪਾਂ ਇਹ ਨਹੀਂ ਕਹਿੰਦੇ ਜਿਹਦੇ ਨਾਲ ਸੌਦਾ ਹੋ ਗਿਆ ਉਹਨੂੰ ਕਹਿੰਦੇ ਵੀ ਦੋ ਟਾਈਪ ਦੀ ਚੋ ਬਾਈ। ਠੀਕ ਹੈ, ਬੰਦੇ ਖੁਸ਼ ਹੋ ਕੇ ਗਏ ਹੈਗੇ, ਸੁੰਗਾ ਉਹਨਾਂ ਵੜਾ ਦੋਨੇ ਚੁਆਈ ਕਰਕੇ ਦੋਨੇ ਟਾਈਮ ਲੈ ਕੇ ਗਏ। ਓਕੇ ਭਾਈ, ਅਲੀ ਕਰ ਤੇ ਨਾਮ ਤੇ ਐਡਰੈਸ ਬੋਲ ਦੇ। ਨਾਮ ਭਰਪੂਰ ਸਿੰਘ, ਪਿੰਡ ਸੰਧੂ ਕਲਾ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ। ਫੋਨ ਨੰਬਰ ਹੈਗਾ 9915566754। ਤੇ ਨੇੜੇ ਪਿੰਡ ਸੰਧੂਕਣਾ ਦੇ ਕਿਹੜਾ ਰਹਿ ਜਾਂਦਾ? ਨੇੜੇ ਪਿੰਡ ਜੇ ਤਾਂ ਆਪਾਂ ਤਪੇ ਵਾਲੀ ਸਾਈਡ ਆਉਣੇ ਆ ਤਾਂ ਮੰਨ ਲਓ ਵੀ ਤਪੇ ਹੀ ਰਹਿ ਜਾਂਦਾ। ਮਾਨਸਾ ਵਾਲੀ ਸਾਈਡ ਤੋਂ ਠੀਕ ਹੈ ਜੀ, ਇਧਰੋਂ ਭਲੌੜ ਰਹਿ ਜਾਂਦਾ ਜੇ ਆਪਾਂ ਮੋਗੇ ਵਾਲੀ ਸਾਈਡ ਤੋਂ ਨਾ। ਓਕੇ, ਉਧਰੋਂ ਬਰਨਾਲੇ ਵਾਲੇ ਪਾਸੋਂ ਸਾਣਾ ਨੇੜੇ। ਤੇ ਅੱਜ ਦੀ ਵੀਡੀਓ ਵਿੱਚ ਫਿਰ ਚਾਰ ਬੈੜਾਂ ਨੇ, ਅੱਜ ਦੀ ਵੀਡੀਓ ਵਿੱਚ ਚਾਰ ਨਾਗ ਆਪਣੇ, ਇੱਕ ਤਾਜੀ ਸੂਵੀ, ਇੱਕ ਤੋਕੜ ਬਣਾ ਤੇ ਦੋ ਦੋ ਬੜਾ ਕੱਚੀਆਂ ਨੇ, ਵਾ ਦਾਦਾ 12 ਮਾਰਾਂ ਦੇ। ਠੀਕ ਹੈ ਭਾਈ, ਸਭ ਤੋਂ ਪਹਿਲਾਂ ਬਈ ਸੂਈ ਵੀ ਬੈੜ ਬਾਰੇ ਗੱਲ ਕਰ ਲੈਨੇ ਆ। ਪਹਿਲੇ ਨੰਬਰ ਤੇ ਖੜੀ ਹੈ ਜਿਹੜੀ, ਕਿਹੜਾ ਸੂਆ ਸੂਈ ਆ ਬਈ? ਇਹਦਾ ਸੂਆ ਹੈਗਾ ਦੂਜਾ, ਦੂਜਾ ਸੂਆ। ਕਿੰਨੇ ਦਿਨ ਹੋ ਗਏ? 10 12 ਦਿਨ ਦੀ ਸੂਈ ਵੀ ਆ। ਠੀਕ ਹੈ ਜੀ, ਹੁਣ ਮੰਨ ਲਓ ਵੀ ਜੇ ਅਗਲੇ ਨੇ ਜਮਾ ਮਿਣ ਕੇ ਲਿਆਣਾ 19 ਲੀਟਰ ਤੇ 18 ਲੀਟਰ ਜਮਾ ਮਿਲ ਲੈ। ਠੀਕ ਹੈ ਜੀ, ਥੋੜਾ ਜਿਹਾ ਆਪਣੇ ਕੋਲੇ ਕੱਲ ਹੱਥ ਨੇ ਆਈ ਆ, ਉਪਰਾ ਕਰੀ ਜਾਂਦੀ ਆ, ਉਪਰਾ ਕਰੀ ਜਾਂਦੀ ਤੇ ਦੁੱਧ ਸੀਗਾ ਜਮਾ 22 ਲੀਟਰ। 22 ਲੀਟਰ ਬੱਚਾ ਕੀ ਆ ਮਗਰਾ? ਮਗਰ ਬੱਚਾ ਹੈਗਾ, ਬੱਚਾ ਬਈ ਮਗਰ ਬੱਚਾ ਹੈਗਾ। ਤੇ ਦੁੱਧ ਚੰਗਾ ਇਸ ਟਾਈਮ, ਆਰਡਰ ਦੀ ਕੁਆਲਿਟੀ ਨੇੜ ਤੋਂ ਚੈੱਕ ਕਰ ਲਓ, ਬਾ ਕਮਾਲ ਦਾ ਆਰਡਰ ਕਰਨ ਵਾਲੀ ਨੇ ਤਿਆਰ ਕਰਿਆ ਚਾਰੇ ਥਣ ਬਈ। ਬਾਕੀ ਠੰਡੀ ਠੁੰਡੀ ਚੂਣ ਚਾਣ ਦਾ ਕੋਈ ਅੰਤ ਨਹੀਂ, ਕਿਵੇਂ ਮਰਜ਼ੀ ਜਿਵੇਂ ਬਾਕੀ ਬੈਠਾ ਰਹੇ ਕੋਈ ਚੱਕਰੀ ਨਹੀਂ। 19 ਲੀਟਰ ਦੁੱਧ ਦਾ 18 19 ਲੀਟਰ ਹੁਣ ਤਿਆਰ ਆ ਹਣ ਬਈ ਕੰਡੇ ਵਾਲਾ। ਹਾਂ, 2-4 ਦਿਨ ਬਈ ਜੀ ਲਾ ਗਈ, ਦੁੱਧ ਹੋਰ ਵੱਧ ਜਾਣਾ। ਟਾਂਚਾ ਟੁੰਚਾ ਬਈ ਖੋਲਾ ਤੋੜ ਕੇ ਦਿਖਾ ਦਈਏ, ਟਾਂਚਾ ਟੁੰਚਾ ਬਈ ਬਹੁਤ ਚੰਗਾ, ਪ੍ਰਿੰਟ ਵਗੈਰਾ ਚੰਗਾ, ਕਿਸੇ ਪਾਸੋਂ ਬਈ ਬੈੜਨ। ਬਾਕੀ ਵੱਡੀ ਵੱਡੀ ਬਹੁਤ ਆ ਡਾਕਟਰ, ਫਾਰਮ ਵਾਲੀ ਬੈੜ ਆ ਵੱਡੀ, ਆ ਫੇਸ ਬਿਊਟੀ ਵੀ ਬਾ ਕਮਾਲ ਦੀ ਆ, ਚਾਰ ਚੂਰ ਤੇ ਚੰਗੀ ਪਲ ਗਈ ਬੈੜ, ਲੱਖ ਤੋਂ ਬਾਹਰ ਜਾਣੀ ਆ। ਤੇ ਜੇਰ ਜੂਰ ਵਧੀਆ ਪੈ ਗਈ ਸੀ ਇਹਦੀ? ਹਾਂ, ਜੇਰ ਜੂਰ ਸਾਰਾ ਠੀਕ, ਜੇਰ ਜੂਰ ਵਗੈਰਾ ਡਾਨਾ ਬਈ ਚੰਗੀ ਆ ਬੈੜ, ਕੱਦ ਕਾਠ ਬਹੁਤ ਉੱਚਾ ਲੰਮਾ ਬਈ, ਢਾਂਚਾ ਢੂੰਚਾ ਬਾ ਕਮਾਲ, ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ, ਦੁੱਧ ਹਜੇ ਨੇ ਵੱਧ ਜਾਣਾ 18-19 ਲੀਟਰ ਦੁੱਧ ਬਾਈ, ਕਹਿੰਦਾ ਹੁਣ ਕੰਡਲਾ ਤਿਆਰ ਆ। ਕੀ ਮੁੱਲ ਆ ਬਈ ਇਹਦਾ? ਇਹਦਾ ਮੁੱਲ ਹੈਗਾ 62,000। 62,000 ਰੁਪਏ ਮਾਨਤਾਨ ਹੋ ਜੀ ਬਾਈ, ਮਾਨਤਾਨ ਕਰ ਦਾਂਗੇ ਆਪਾਂ, ਮੁੱਲ ਨਹੀਂ ਲਿਆ ਜੀ, ਕਰਦੇ ਜਮਾ ਜਾਇਜ਼ ਰੇਟ ਬਾਈ 62,000 ਰੁਪਇਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੀ। ਅਰੇ ਭਾਈ ਦੀ ਬਾਹਰ ਨੂੰ ਕਰ ਦਿਓ, ਹਾਂ ਥੋੜਾ ਜਿਹਾ ਉੱਪਰ ਕਰਦੀ ਹੈਗੀ, ਚੰਗੀ ਆ ਬੜ ਬਾਈ, ਸੂਈ ਸਵਾਈ ਦੁੱਧ ਵੀ ਰੈਡੀ ਆ ਇਸ ਟਾਈਮ, 18-19 ਲੀਟਰ ਤਾਂ ਬਾਈ ਕਹਿੰਦਾ ਜਾਂ ਲੀਟਰ ਮਾਰ ਕੇ ਲੈ ਜਾਓ, ਤੇ ਚੰਗੀ ਆ ਬਾਈ ਬੜ, ਮੁੱਲ ਵੀ ਕੁਛ ਨਹੀਂ ਕਰਿਆ ਬਾਈ ਨੇ। ਕਿੰਨਾ ਬਾਈ? 65,000। 62,000 62,000 ਰੁਪਇਆ, ਠੀਕ ਆ ਬਾਈ, ਲੈ ਚੱਲ ਬਾਈ ਅੰਦਰ ਕਿੱਲੇ ਤੇ। ਚੰਗੀ ਆ ਬਾਈ ਬੜ, ਕੱਦ ਕਾਠ ਚੰਗਾ, ਮੁੱਲ 62,000 ਰੁਪਇਆ, ਬਾਕੀ ਮਾਨ ਤਾਨ ਜ਼ਰੂਰ ਹੋ ਜਾਓ। ਕੱਦ ਕੁੱਦ ਬਹੁਤ ਆ ਬਾਈ, ਬਰਾਬਰ ਖੜੀ ਮਾੜਾ ਜਿਹਾ ਰਖਾ ਦੀ ਕੱਦ, ਲੈ ਬਾਈ ਕੱਲੀ ਤਾਂ ਹੋਣੀ ਦਿੰਦੀ ਆ ਬਾਈ, 5.5-6 ਫੁੱਟ ਕੱਦ ਹੋਊਗਾ ਹੈਗਾ ਆਰਾਮ ਨਾਲ। ਆਰਮ ਦੀ ਵੜ ਐਸੀ ਗੱਲ ਨਹੀਂ। ਹਾਂ ਬਾਈ, ਅੱਗੇ ਵੀਰੇ 2 ਨੰਬਰ ਦੇ ਤੋਕੜ ਗੱਬਣ, ਇਹ ਗੱਬਣ ਤੋਕੜਾ ਵੀ 6 ਮਹੀਨਿਆਂ ਦੀ ਗੱਬਣ ਆ, ਪਹਿਲਾ ਸੂਆ ਵਿੱਚੀ ਆ। ਠੀਕ ਆ ਬਾਈ, ਇਹਦੇ ਥੱਲੇ 6-7 ਕਿਲੋ ਉਹ ਤਾਂ। ਠੀਕ ਆ ਬਾਈ, ਖੋਲ ਆ ਤੋੜ ਕੇ ਦਿਖਾ ਦੇ, ਬਾਕੀ ਇਹ ਵੀ ਠੰਡੀ ਠੁੰਡੀ ਚੋਈ। ਆ ਲੈ ਬਾਈ, ਪੂਰੀ ਠੰਡੀ ਸੀ ਨਾ, ਜਿਵੇਂ ਮਰਜ਼ੀ ਆ ਲੈ, ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਬਾਈ। ਠੀਕ ਆ ਬਾਈ, ਖੋਲ ਤੋੜ ਤੇ ਚੈੱਕ ਅਗਲਾ ਚਾਹੇ ਆਪਦੀ ਕਰਵਾ ਲੈ ਹਣਾ, ਆਪਦੀ ਥੱਲੀ ਕਰਾ ਕੇ ਲਿਆ ਵੇ, ਖੋਲ ਅਗਲਾ ਠੀਕ, ਚੋਲੇ ਚੈੱਕ ਕਰਾ ਲੈ। ਠੀਕ ਆ ਬਾਈ, ਫੇਸ ਬਿਊਟੀ ਬਹੁਤ ਚੰਗੀ ਆ, ਚੰਗੀ ਆ ਬੜ, ਪਹਿਲਾ ਸੂਆ ਸੂਈ ਆ, ਥਣ ਥੁਣ ਚੰਗਾ ਲੱਗਿਆ, ਤੇ ਦੁੱਧ ਹੈਗਾ ਬਈ ਗੱਬਣ ਵੀ ਚੈੱਕ ਪਾਸ ਆ, ਤੇ ਤੋਰ ਵਗੈਰਾ ਵੀ ਬੜ ਦੀ ਚੰਗੀ ਆ। ਕੀ ਮੁੱਲ ਅੰਕਲ ਇਹਦਾ? ਇਹਦਾ ਮੁੱਲ ਦੇਖ ਆਪਾਂ, ਲੋਕਾਂ ਨੇ ਤਾਂ ਮੁੱਲ ਕਰ ਦੇਣੇ 35,000 ਰੁਪਇਆ, 35,000 ਰੁਪਇਆ ਮਾਨਤਾਨ ਹੋ ਜੂ। ਹਾਂ ਮਾਨਤਾਨ ਕਰ ਬਾਈ, ਬਿਲਕੁਲ ਜਾਇਜ਼ ਰੇਟ 35,000 ਰੁਪਇਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਬੱਚੀਆਂ ਦਾ ਮੁੱਲ ਮਹੀਨੇ 3 ਰਹਿ ਗਏ, ਕੀ ਰਹਿ ਗਿਆ? 3 ਮਹੀਨੇ ਰਹਿ ਗਏ ਬਾਈ, ਦੁੱਧ ਵੀ ਹੈਗਾ, ਖਰਚਾ ਵੀ ਚੱਕੂ, 1.5 ਮਹੀਨਾ ਚੋਲਾ ਚਾਹੇ ਹਣਾ, 1.5 ਮਹੀਨਾ ਖਰਚਾ ਮੋੜੂ ਵੀ, ਉਦੋਂ ਮੁੜ ਕੇ 65,000 ਦੀ ਵਾਰ ਫੇਰ 1.5 ਮਹੀਨਾ ਛੱਡ ਕੇ ਜਿਵੇਂ ਮਰਜ਼ੀ ਵੇਚ ਲਾ ਬਈ। ਚੰਗੀ ਆ ਬੜ, ਥਣ ਹਵਾਨਾ ਬਹੁਤ ਚੰਗਾ ਲੱਗਿਆ ਵਾ, ਚਾਰੇ ਥਣ ਬਈ ਨਿਕੜਵੇਂ ਪੂਰੇ ਗੈਪ ਤੇ ਆ ਦੇ ਸਾਰਾ ਮੁੱਠੀ ਵਾਲਾ ਥਣਾ। ਚਵਾਈ ਦੀ ਕਿਵੇਂ ਅੰਕਲ? ਚਵਾਈ ਦੀ ਤਾਂ ਬਾਲੀ 100 ਨੰਬਰ, 1 ਨੰਬਰ ਆ ਗਈ, ਬਾਕੀ ਬਈ ਵੱਡੀ ਗੱਲ ਠੰਡੀ ਸੀਲ ਪੂਰੀ ਆ, ਥਣ ਥਣ ਬਹੁਤ ਚੰਗਾ, ਬਾਕੀ ਦੁੱਧ ਮੰਗਾ ਵਰਗਾ ਚਟਾ ਦੁੱਧ। ਹਾਂ ਸੰਘਣਾ ਹੋਇਆ ਵਾ, ਹੁਣ ਦੁੱਧ ਬਈ ਥੋੜਾ ਕਰਕੇ ਸੰਘਣਾ ਹੋਇਆ ਵਾ। ਅੱਗੇ ਬਈ 3 ਨੰਬਰ ਤੇ ਕਿਹੜਾ ਸੂਆ ਸੂ? ਇਹ ਦੂਜਾ ਸੂਆ ਸੂ ਵੀ ਨਾ, ਪਲੂਨ ਦਾ ਕੱਢਿਆ ਵਾ 32 ਕਿਲੋ, 32 ਕਿਲੋ। ਹਾਂ ਸੀਲ ਸੂਲ ਅੰਤ ਕੋਈ ਨਹੀਂ, ਚੁਆਈ ਐਤਕੀ 34-35 ਕਿਲੋ ਦਾ, ਉਹ ਥਣ ਥਣ ਬਹੁਤ ਚੰਗਾ ਲੱਗਿਆ। ਬਾਈ ਜਿਵੇਂ ਥੱਲੇ ਬੈਠਾ ਰਹੇ ਕੋਈ ਚੱਕਰੀ ਨਹੀਂਗਾ, ਥਣ ਥਣ ਖਿੱਚੀ ਚੱਲ, ਮਿਲਕ ਰਿਕਾਰਡ ਇਹਦਾ ਪਿਛਲੇ ਸੂਏ ਦਾ ਬਾਈ ਨੇ ਬਹੁਤ ਚੰਗਾ ਦੱਸਿਆ, ਬੜੀ ਤੋਰ ਦੋ, ਵੱਡੀ ਬੁੱਢੀ ਬਹੁਤ ਆ ਬੈੜੇ ਬਾਈ, ਤਾਂ ਚਟੋਂ ਜਦਾ ਬਾ ਕਮਾਲ ਲਈ ਆ, ਕੱਦ ਕੁੱਦ ਪੂਰਾ ਉੱਚਾ ਲੰਮਾ, ਇਹ ਫੇਸ ਵੀ ਉਹਦੀ ਬਾ ਕਮਾਲ ਦੀ ਆ ਬਈ। ਦੂਜਾ ਸੂਆ ਇਹ ਸੁਣਦੀ ਆ, ਦਿਨ ਕਿੰਨੇ ਲੈਂਦੀ ਆ ਇਹ? ਦਿਨ ਦੇ
13 ਦਿਨਾਂ ਦੀ ਕੱਚੀ ਆ ਬਾਈ ਚੰਗੀ ਆ ਬਾਈ ਟਾਂਚਾ ਟੁੰਚਾ ਪਿੱਠ ਫੜਾ ਬਾਠ ਮਾਲਦਾ ਤੇ ਢੱਲਾ ਢੁੱਲਾ ਬਾਈ ਲੇਵੇ ਦੇ ਵਿੱਚ ਬਹੁਤ ਪਈਆਂ ਸਾਰੀਆਂ ਬਲ ਢੱਲਾਂ ਕੱਢ ਕੇ ਪੰਡ ਵਰਗਾ ਹਵਾ ਨਾ ਕਮਲੀ ਨੇ ਤਿਆਰ ਕਰ ਲੈਣਾ ਜੀ ਤੇ ਮੋੜ ਲਿਓ ਆ ਤੇ ਕੀ ਮੁੱਲ ਆ ਜੀ ਇਹਦਾ ਇਹਦਾ ਮੁੱਲ ਫੋਨ ਤੇ ਕਰਦਾ ਤੇ ਜੈ ਜੀ ਹੋ ਹੈ ਜੈ ਜੀ ਹੋ ਮੁੱਲ ਹਾਂ ਜੈ ਜੀ ਹੋ ਮੁੱਲ ਬੈਠ ਦੇ ਹਿਸਾਬ ਨਾਲ ਮੁੱਲ ਜੈ ਜੀ ਠੀਕ ਠੀਕ ਰੇਟ ਬਾਈ ਕਹਿੰਦਾ ਫੋਨ ਤੇ ਕਰ ਲੈ ਕਿਉਂਕਿ ਕੱਚੀ ਆ ਬਾਈ ਹੁਣ ਉਹੇ ਜਿਹਾ ਰੇਟ ਹੋ ਜਾਊਗਾ ਫਿਰ ਜਦੋਂ ਤਿਆਰ ਹੋ ਗਈ ਫਿਰ ਉਹੇ ਜਿਹਾ ਰੇਟ ਹੋ ਜਾਣਾ ਚੰਗੀ ਆ ਬੜ ਬਲ ਢੱਲਾਂ ਬਹੁਤ ਪਈਆਂ ਹਜੇ ਬਾਈ ਨੇੜ ਤੋਂ ਜ਼ਰੂਰ ਚੈੱਕ ਕਰਵਾਵਾਂਗੇ ਤੇ ਚੰਗੀਆਂ ਬਲ ਢੱਲਾਂ ਪਈਆਂ ਦੇ ਸਨ ਆ ਸਾਰੀਆਂ ਬਾਈ ਬਲ ਢੱਲਾਂ ਕੱਢ ਕੇ ਨੇ ਫੇਰ ਸੋਣਾ ਨੇੜ ਤੋਂ ਚੈੱਕ ਕਰ ਲਓ ਤੇ ਲੇਵਾ ਇਹਨੇ ਬਾ ਕਮਾਲ ਦਾ ਤਿਆਰ ਕਰਨਾ ਦਿਨ ਹਜੇ ਲੈਂਦੀ ਆ ਆਰਡਰ ਇਹਨੇ ਸੋਹਣਾ ਤਿਆਰ ਕਰ ਲੈਣਾ ਥਾਣ ਥੁਣ ਵੀ ਚੰਗਾ ਥਣਾ ਦੀ ਪਾਸ ਹੈ ਓਕੇ ਜੀ ਆ ਪੰਪ ਭਰ ਗਈ ਹੈ ਜੇ ਥੱਲੇ ਬਹਿ ਗਿਆ ਬੈਠ ਤੇ ਫੇਰ ਪਤਾ ਲੱਗੂ ਹਾਂ ਮੈਂ ਚੁਆਈ ਕਰਕੇ ਲੈ ਜੇ ਹੁਣ ਕੱਪੜ ਨੂੰ ਓਕੇ ਠੀਕ ਆ ਅੱਗੇ 4 ਨੰਬਰ ਤੇ ਜੀ ਕਿਹੜਾ ਸੂਆ ਸੁਣਦੀ ਇਹ ਵੀ ਦੂਜਾ ਸੂਆ ਸੁਣਦੀ ਆ ਹਲੇ 6 ਦੰਦ ਬੱਚੀ ਹੈ 6 ਦੰਦ ਆ ਜੀ ਇਹਨੇ ਪਲੂਨ ਨੇ ਕਟਾ 23 ਕਿਲੋ ਤੋਂ 23 ਕਿਲੋ ਤੋਂ ਸੇਲ ਠੰਡੀ ਦਾ ਇਹਦਾ ਵੀ ਅੰਤ ਕੋਈ ਨਹੀਂ ਜਿਵੇਂ ਮਰਜ਼ੀ ਪੂਰੀ ਜੰਡੀ ਸੀਲਾ ਕੋਈ ਚੱਕਰੀ ਨਹੀਂ ਲਾ ਜਿਵੇਂ ਮਰਜ਼ੀ ਬੈਠਾ ਰਹੇ ਨਿਆਣਾ ਪਾ ਨਾ ਪਿਆ ਬਈ ਪੂਰੀ ਇਹ ਕੱਚੀ ਕੱਚੀ ਆ ਪਰ ਸੰਡੀ ਸੀਲਾ ਪੂਰੀ ਆ ਇਹਦੇ 9 ਦਿਨ ਰਹਿੰਦੇ ਆ 9 ਦਿਨ ਲੈਂਦੀ ਆ ਤੇ ਬੈੜੇ ਵੀ ਦੁੱਧ ਐ ਕਿ 26 ਕਿਲੋ ਦੇ ਦੂ 26 ਲੀਟਰ ਦੁੱਧ ਦੀ ਬਾਈ ਕਹਿੰਦਾ ਇਹਦੇ ਤੋਂ ਉਮੀਦ ਕਰਦੇ ਆ 23 ਲੀਟਰ ਦੁੱਧ ਇਹਦਾ ਬਈ ਪਹਿਲੇ ਸੂਏ ਦਾ ਪਾਇਆ ਵਾ ਚੰਗੀ ਆ ਬੈੜ ਯਾਤ ਬਰੀਡ ਦੀ ਚੰਗੀ ਆ ਪ੍ਰਿੰਟ ਵਗੈਰਾ ਚੰਗਾ ਫੇਸ ਬਿਊਟੀ ਬਾਈ ਬਾ ਕਮਾਲ ਦੀ ਆ ਬੜਾ ਜੀ 6 ਦਾ ਆਂਦਾ ਜੀ ਹਾਂ 6 ਦਾ ਆਂਦਾ 6 ਦਾ ਆਂਦਾ ਬਾਈ ਫਿੱਟ ਲਾਡੋ ਲਾਡਰ ਦੀਆਂ ਨੇੜ ਤੋਂ ਚੈੱਕ ਕਰਵਾਵਾਂਗੇ ਬਹੁਤ ਸੋਹਣਾ ਕਮਲੀ ਨੇ ਆਰਡਰ ਤਿਆਰ ਕਰਨਾ ਦੇ ਸਨ ਬਾਈ ਚਾਰੇ ਥਣ ਨਿਕਣਵੇਂ ਪੂਰੇ ਗਏ ਬੈਠਾ ਨਹੀਂ ਜਾਣਾ ਬੈਠ ਤੋਂ ਜੋ ਤਿਆਰ ਹੋ ਲਾ ਦੇਖੋ ਆ ਰੂੰਗ ਪੋਲਾ ਪਿਆ ਗਿਆ ਸਹੀ ਗੱਲ ਬਾਈ ਕੀ ਮੁੱਲ ਆ ਜੀ ਇਹਦਾ ਇਹਦਾ 76000 76000 ਰੁਪਿਆ ਮਾਨਤਾਨ ਹੋ ਜੂ ਮਾਨਤਾਨ ਕਰਦਾ 76000 ਰੁਪਿਆ ਵੀਰ ਨੇ ਮੁੱਲ ਰੱਖਿਆ ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਚੰਗੀ ਆ ਬਾਈ ਬੈਠ ਨੇ ਤਿਆਰ ਹੋ ਕੇ ਬਹੁਤ ਸੋਹਣੀ ਬਣਨਾ ਆਰਡਰ ਉਡਰ ਬਾਈ ਇਹਨੇ ਬਾ ਕਮਾਲ ਦਾ ਆਰਡਰ ਕੱਢਣਾ ਜਿਹੜੇ ਹਿਸਾਬ ਨਾਲ ਦੀਆਂ ਬਾਲ ਢੱਲਾਂ ਨੇ ਬਾਕੀ ਪਿਛਲੇ ਸੂਏ ਵੀ ਦੁੱਧ ਨੇ ਚੰਗਾ ਪਾਇਆ ਬਾਈ ਇਹ ਬੜਾ ਬਾਈ ਚਾਰੀ ਚੰਗੀਆਂ ਨੇ ਇਹ ਦੋਵੇਂ ਕੱਚੀਆਂ ਬੜਾ ਇਹ ਵੀ ਦੋਨੇ ਚੰਗੀਆਂ ਨੇ ਤੇ ਲੇਵੇ ਇਹਨਾਂ ਨੇ ਬਹੁਤ ਸੋਹਣੇ ਤਿਆਰ ਕਰਦੇ ਆ ਟੋਕੜ ਗੱਬਣ ਬੈੜ ਵੀ ਚੰਗੀ ਆ ਤੇ ਆ ਸੂਈ ਸਵਾਈ ਬਾਈ ਮੁੱਲ ਇਹਦਾ ਸਾਰੇ ਬਾਈ ਨੇ 62000 ਰੱਖਿਆ ਬਾਕੀ ਮਾਨਤਾਨ ਹੋ ਜੂ ਬੱਚਾ ਮਗਰ ਬੱਚਾ ਜੀ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਭਰਾ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।